ਸਤਿ ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ ਪੰਜਾਬ ਟੀਵੀ 'ਤੇ। ਮੈਂ ਹਾਂ ਮਨਜਿੰਦਰ ਸਿੰਘ ਔਲਖ, ਅਤੇ ਅੱਜ ਇੱਕ ਬਹੁਤ ਹੀ ਅਹਿਮ ਵੀਡੀਓ ਤੁਹਾਨੂੰ ਦਿਖਾਉਣ ਲੱਗੇ ਹਾਂ। ਤੁਸੀਂ ਕਦੇ ਨਹੀਂ ਸੋਚਿਆ ਹੋਣਾ ਕਿ ਜੋ ਲੋਕ ਬੈੱਡ 'ਤੇ ਲੇਟੇ ਰਹਿੰਦੇ ਨੇ ਜਾਂ ਜਿਨ੍ਹਾਂ ਦੇ ਕੋਈ ਸੱਟਾਂ ਲੱਗ ਜਾਂਦੀਆਂ ਨੇ, ਰੀੜ੍ਹ ਦੀ ਹੱਡੀ ਟੁੱਟ ਜਾਂਦੀ ਹੈ, ਜਿਸ ਤੋਂ ਬਾਅਦ ਕਿ ਉਹ ਚੱਲ ਫਿਰ ਨਹੀਂ ਸਕਦੇ, ਉਹ ਆਪਣੀ ਜ਼ਿੰਦਗੀ ਵਿੱਚ ਰੋਟੀ ਕਿਵੇਂ ਖਾਣਗੇ ਜਾਂ ਕਮਾਈ ਕਿਵੇਂ ਕਰਨਗੇ। ਅਕਸਰ ਤੁਸੀਂ ਸੁਣਿਆ ਹੋਣਾ ਕਿ ਬਜ਼ੁਰਗਾਂ ਵੱਲੋਂ ਕਿਹਾ ਜਾਂਦਾ ਸੀ ਕਿ ਭਾਰਤ ਦੇਸ਼ 100 ਸਾਲ ਪਿੱਛੇ ਹੈ, ਪਰ ਟੈਕਨੋਲੋਜੀ ਜਿਵੇਂ ਜਿਵੇਂ ਵੱਧਦੀ ਗਈ ਤਾਂ ਹਰੇਕ ਦੇਸ਼ ਇੱਕ ਦੂਜੇ ਨਾਲ ਸ਼ੇਅਰ ਕਰਨ ਲੱਗੇ। ਪਰ ਜੋ ਅੱਜ ਤੁਹਾਨੂੰ ਇੱਕ ਵੀਡੀਓ ਦਿਖਾਉਣ ਲੱਗੇ ਆ, ਜਿਸ ਬਾਰੇ ਤੁਹਾਨੂੰ ਜਾਣਕਾਰੀ ਦੇਣ ਲੱਗੇ ਆ, ਉਸ ਚੀਜ਼ ਨੂੰ ਲੈ ਕੇ ਸ਼ਾਇਦ ਭਾਰਤ ਨਹੀਂ ਅਮਰੀਕਾ ਵਰਗੀਆਂ ਵੱਡੀਆਂ ਕੰਟਰੀਆਂ ਵੀ 100 ਸਾਲ ਪਿੱਛੇ ਹਨ। ਇਹ ਵੀਡੀਓ ਨੂੰ ਪੂਰਾ ਤੁਸੀਂ ਜ਼ਰੂਰ ਵੇਖਿਓ, ਇੱਕ ਅਜਿਹੀ ਟੈਕਨੋਲੋਜੀ ਤੁਹਾਨੂੰ ਦਿਖਾਉਣ ਲੱਗੇ ਆ ਜੋ ਲੋਕ ਬੈੱਡ 'ਤੇ ਲੇਟੇ ਰਹਿੰਦੇ ਨੇ ਕਿਸੇ ਬਿਮਾਰੀ ਕਾਰਨ, ਜਾਂ ਜਿਨ੍ਹਾਂ ਦੀਆਂ ਰੀੜ੍ਹ ਦੀ ਹੱਡੀ ਵਿੱਚ ਸੱਟ ਲੱਗ ਜਾਂਦੀ ਹੈ, ਚੱਲ ਫਿਰ ਨਹੀਂ ਸਕਦੇ, ਜਾਂ ਜਿਨ੍ਹਾਂ ਦੀ ਜ਼ਿੰਦਗੀ ਵੀਲਚੇਅਰ ਦੇ ਉੱਪਰ ਹੀ ਨਿਕਲ ਜਾਂਦੀ ਹੈ, ਉਹ ਕਿਵੇਂ ਕਮਾਈ ਦਾ ਸਾਧਨ ਬਣਾਉਣ, ਕੀ ਕੰਮ ਕਰਨ, ਕਿਵੇਂ ਪੈਸਾ ਕਮਾਉਣ ਤਾਂ ਜੋ ਉਹ ਰੋਜ਼ੀ ਰੋਟੀ ਆਪਣੀ ਖਾ ਸਕਣ ਜਾਂ ਆਪਣੀਆਂ ਦਵਾਈਆਂ ਦਾ ਖਰਚਾ ਚੱਕ ਸਕਣ। ਇੱਕ ਅਜਿਹੀ ਵੀਡੀਓ ਤੁਹਾਨੂੰ ਦਿਖਾਉਣ ਲੱਗੇ ਹਾਂ। ਅੱਜ ਅਸੀਂ ਗੱਲ ਕਰਨ ਲੱਗੇ ਹਾਂ ਓਰੀ ਦੀ। ਤੁਸੀਂ ਵੀ ਕਿਤੇ ਉਹ ਬਾਲੀਵੁੱਡ ਵਾਲਾ ਓਰੀ ਨਾ ਸਮਝ ਲਿਓ, ਇਹ ਓਰੀ ਜਪਾਨ ਵਾਲਾ ਹੈ। ਓਰੀ ਲੈਬਸ ਦੀ ਗੱਲ ਕਰਨ ਲੱਗੇ ਹਾਂ। ਇਹ ਇੱਕ ਲੈਬ ਹੈ ਜਿਹਦੇ ਵੱਲੋਂ ਇੱਕ ਅਜਿਹੀ ਟੈਕਨੋਲੋਜੀ ਡਿਵੈਲਪ ਕੀਤੀ ਗਈ ਜਿਸ ਨੇ ਕਿ ਉਹਨਾਂ ਲੋਕਾਂ ਨੂੰ ਵੀ ਰੁਜ਼ਗਾਰ ਦੇ ਦਿੱਤਾ ਜੋ ਸ਼ਾਇਦ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ ਸਨ ਕਿ ਅਸੀਂ ਕਦੇ ਕੋਈ ਕੰਮ ਕਰਕੇ ਪੈਸੇ ਕਮਾ ਸਕਾਂਗੇ। ਉਹ ਬੰਦੇ ਵੀ ਜਿਹੜੇ ਕਿ ਸਿਰਫ ਬੈੱਡ ਦੇ ਉੱਤੇ ਲੇਟੇ ਨੇ, ਬੋਲਣ ਤੋਂ ਇਲਾਵਾ ਜਾਂ ਅੱਖਾਂ ਝਮਕਣ ਤੋਂ ਇਲਾਵਾ ਕਦੇ ਹੱਥ ਪੈਰ ਵੀ ਨਹੀਂ ਹਿਲਾ ਸਕਦੇ, ਉਸ ਬੰਦੇ ਨੂੰ ਉਹਨਾਂ ਲੋਕਾਂ ਨੂੰ ਵੀ ਇਸ ਕੰਪਨੀ ਨੇ ਰੋਜ਼ਗਾਰ ਦਿੱਤਾ ਹੈ। ਕਿਵੇਂ ਦਿੱਤਾ ਹੈ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ। ਓਰੀ ਲੈਬਸ ਹੈ, ਇਹ ਜਪਾਨ ਦੇ ਵਿੱਚ ਸਥਿਤ ਹੈ। ਇਹਨਾਂ ਦਾ ਇੱਕ ਕੈਫੇ ਹੈ ਡੌਨ ਕੈਫੇ ਦੇ ਨਾਮ ਤੋਂ ਟੋਕੀਓ ਦੇ ਵਿੱਚ। ਅਕਸਰ ਕਈ ਭਾਰਤੀ ਵੀ ਆਪਣੇ ਉੱਥੇ ਜਾਂਦੇ ਨੇ, ਜਿਨ੍ਹਾਂ ਨੇ ਵੇਖਿਆ ਹੋਵੇਗਾ ਉਹਨਾਂ ਨੂੰ ਸ਼ਾਇਦ ਇਸ ਚੀਜ਼ ਬਾਰੇ ਪਤਾ ਹੋਵੇਗਾ। ਕਈ ਲੋਕ ਉਹਨਾਂ ਦੀ ਵੀਡੀਓ ਥੱਲੇ ਕਮੈਂਟ ਵੀ ਕਰਦੇ ਨੇ ਜਦੋਂ ਲੋਕ ਜਾਂਦੇ ਨੇ, ਤਾਂ ਕਹਿੰਦੇ ਨੇ ਕਿ ਰੋਬੋਟਾਂ ਨੇ ਜੋ ਹੈ ਲੋਕਾਂ ਦੀਆਂ ਨੌਕਰੀਆਂ ਖਾ ਲੈਣੀਆਂ। ਜਪਾਨ ਦੇ ਵਿੱਚ ਜੋ ਰੋਬੋਟ ਟੈਕਨੋਲੋਜੀ ਬਹੁਤ ਜ਼ਿਆਦਾ ਡਿਵੈਲਪ ਹੋ ਗਈ ਹੈ, ਪਰ ਇੱਥੇ ਉਹ ਲੋਕ ਗਲਤ ਨੇ, ਇਹ ਰੋਬੋਟ ਨਹੀਂ ਨੇ, ਇਹ ਇੱਕ ਤਰ੍ਹਾਂ ਇਨਸਾਨ ਹੀ ਨੇ। ਉਹ ਕਿਵੇਂ, ਇਸ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਕਿ ਜੋ ਲੋਕ ਕਦੇ ਜ਼ਿੰਦਗੀ ਵਿੱਚ ਚੱਲ ਫਿਰ ਨਹੀਂ ਸਕਦੇ, ਪਰ ਉਹਨਾਂ ਨੂੰ ਵੀ ਜ਼ਿੰਦਗੀ ਦੇ ਵਿੱਚ ਪੈਸੇ ਦੀ ਜ਼ਰੂਰਤ ਹੈ, ਬਹੁਤ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਉਹਨਾਂ ਨੇ ਵੀ ਉਹੀ ਰੋਟੀ ਖਾਣੀ ਹੈ, ਉਹੀ ਉਹਨਾਂ ਦਾ ਦਵਾਈਆਂ ਦਾ ਖਰਚਾ ਹੈ। ਤਾਂ ਇਸ ਕੰਪਨੀ ਵੱਲੋਂ, ਇਸ ਲੈਬ ਵੱਲੋਂ ਇੱਕ ਟੈਕਨੋਲੋਜੀ ਡਿਵੈਲਪ ਕੀਤੀ ਗਈ, ਇੱਕ ਰੋਬੋਟ ਬਣਾਏ ਗਏ ਜਿਨ੍ਹਾਂ ਦੇ ਕਿ ਅੰਦਰ ਕੈਮਰਾ ਫਿੱਟ ਕੀਤਾ ਗਿਆ, ਅਤੇ ਦੂਜੇ ਪਾਸੇ ਜੋ ਲੋਕ ਘਰਾਂ ਦੇ ਵਿੱਚ ਬੈਠੇ ਨੇ, ਜਿਹੜੇ ਵੀਲਚੇਅਰ 'ਤੇ ਜਾਂ ਬੈੱਡ 'ਤੇ ਲੇਟੇ ਨੇ, ਜੋ ਕੰਮ ਕਰ ਨਹੀਂ ਸਕਦੇ, ਉਹ ਜੋ ਲੋਕ ਨੇ ਉਹ ਦੂਜੇ ਕੈਮਰੇ ਥਰੂ ਉਸ ਰੋਬੋਟ ਨੂੰ ਕੰਟਰੋਲ ਕਰਦੇ ਨੇ, ਅਤੇ ਪੂਰੀ ਲਾਈਵ ਫੀਡ ਉਹ ਇੱਕ ਦੂਜੇ ਦੀ ਦੇਖਦੇ ਨੇ। ਜਿਵੇਂ ਮੈਂ ਜਾਂਦਾ ਹੈ ਇੱਕ ਕਸਟਮਰ ਬਣ ਕੇ, ਤਾਂ ਮੈਂ ਉਸ ਰੋਬੋਟ ਦੇ ਸਾਹਮਣੇ ਹੋਵਾਂਗਾ, ਤਾਂ ਮੈਂ ਰੋਬੋਟ ਦੇ ਨਾਲ ਗੱਲਬਾਤ ਨਹੀਂ ਕਰ ਰਿਹਾ, ਮੈਂ ਉਸ ਅਸਲੀ ਇਨਸਾਨ ਨਾਲ ਗੱਲ ਕਰ ਰਿਹਾ ਜੋ ਇਸ ਰੋਬੋਟ ਦੇ ਪਿੱਛੇ ਕੰਮ ਕਰ ਰਿਹਾ। ਇਹ ਰੋਬੋਟ ਜਿੱਥੋਂ ਤੱਕ ਕਿ ਖਾਣਾ ਪੀਣਾ ਸਰਵ ਕਰਦੇ ਨੇ, ਜਿਵੇਂ ਕੌਫੀ ਟੇਬਲਾਂ ਤੱਕ ਲੈ ਕੇ ਆਉਂਦੇ ਨੇ, ਉੱਥੇ ਤੁਹਾਨੂੰ ਕੌਫੀ ਬਣਾ ਕੇ ਵੀ ਦਿੰਦੇ ਨੇ। ਜਿਵੇਂ 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 ਕਿਸੇ ਦਾ ਪ੍ਰੋਫੈਸ਼ਨ ਸੀ, ਜੇ ਕੋਈ ਕੁੱਕ ਸੀ ਜਾਂ ਕੋਈ ਸ਼ੈੱਫ ਸੀ, ਕਦੇ ਜ਼ਿੰਦਗੀ ਦੇ ਵਿੱਚ ਉਹਦਾ ਐਕਸੀਡੈਂਟ ਹੋ ਗਿਆ, ਉਹ ਚੱਲ ਫਿਰ ਨਹੀਂ ਸਕਿਆ, ਜਿਸ ਤੋਂ ਬਾਅਦ ਉਸ ਨੂੰ ਕੰਮ ਨਹੀਂ ਮਿਲਿਆ, ਇਹ ਕੰਪਨੀ ਉਸਦੇ ਵਾਸਤੇ ਵੀ ਰੋਬੋਟ ਬਣਾ ਕੇ ਦਿੰਦੀ ਹੈ ਕਿ ਉਹ ਸ਼ੈੱਫ ਜੋ ਆਪਣੀ ਤਕਨੀਕ ਹੈ ਸਾਰੀ ਉਹ ਰੋਬੋਟ ਜ਼ਰੀਏ ਵਰਤ ਕੇ ਉਹ ਚੀਜ਼ਾਂ ਬਣਾ ਸਕਦਾ ਹੈ। ਇਹ ਟੈਕਨੋਲੋਜੀ ਬਹੁਤ ਜ਼ਿਆਦਾ ਵਧੀਆ ਹੈ, ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਰੋਬੋਟ ਕੰਮ ਕਰਦੇ ਫਿਰਦੇ ਨੇ, ਲੋਕਾਂ ਨਾਲ ਗੱਲਬਾਤ ਕਰਦੇ ਫਿਰਦੇ ਨੇ। ਇੱਥੇ ਤੁਹਾਨੂੰ ਇੱਕ ਹੋਰ ਚੀਜ਼ ਬੜੀ ਇੰਟਰਸਟਿੰਗ ਦੱਸਣ ਲੱਗੇ ਹਾਂ ਕਿ ਜਦੋਂ ਮੰਨ ਲਓ ਤੁਸੀਂ ਇਕੱਲੇ ਗਏ ਹੋ ਕੈਫੇ ਦੇ ਵਿੱਚ, ਤੁਹਾਡੇ ਨਾਲ ਗੱਲਬਾਤ ਕਰਨ ਨੂੰ ਕੋਈ ਨਹੀਂ ਹੈ, ਤਾਂ ਉੱਥੇ ਇੱਕ ਅਜਿਹੇ ਰੋਬੋਟ ਵੀ ਹਨ, ਗੱਲਬਾਤ ਕਰਦੇ ਨੇ ਤੁਹਾਡੇ ਨਾਲ, ਤੁਹਾਡਾ ਸਮਾਂ ਜੋ ਹੈ
ਉਹ ਪਾਸ ਕਰਾਉਂਦੇ ਨੇ ਤੁਹਾਡਾ, ਜਿਹਨੂੰ ਕਿ ਆਪਾਂ ਟਾਈਮ ਪਾਸ ਕਹਿ ਦਿੰਦੇ ਹਾਂ, ਪਰ ਕਈ ਲੋਕ ਇਹ ਸਮਝ ਲੈਂਦੇ ਨੇ ਕਿ ਉਹ ਰੋਬੋਟ ਨਾਲ ਗੱਲਬਾਤ ਕਰ ਰਹੇ ਨੇ, ਪਰ ਅਸਲੀ ਉਸਦੇ ਪਿੱਛੇ ਅਸਲ ਇਨਸਾਨ ਹੁੰਦਾ ਹੈ ਜੋ ਉਹ ਗੱਲਬਾਤ ਤੁਹਾਡੇ ਨਾਲ ਕਰ ਰਿਹਾ ਹੁੰਦਾ ਹੈ। ਤਾਂ ਕੁਛ ਕੁਛ ਰੋਬੋਟ ਜੋ ਜਿਵੇਂ ਵੇਟਰ ਬਣੇ ਨੇ, ਤਾਂ ਉਹਨਾਂ ਉੱਤੇ ਉਹਨਾਂ ਦੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜੋ ਛਾਤੀ ਦੇ ਅੱਗੇ ਆਈਡੀਆਂ ਵੀ ਲੱਗੀਆਂ ਨੇ ਕਿ ਇਸ ਦੇ ਪਿੱਛੇ ਅਸਲੀ ਇਨਸਾਨ ਕੌਣ ਹੈ, ਇਹ ਕੌਣ ਇਨਸਾਨ ਹੈ, ਤਾਂ ਤੁਹਾਨੂੰ ਇਹ ਕਿਵੇਂ ਦੀ ਟੈਕਨੋਲੋਜੀ ਲੱਗੀ, ਇਹ ਭਾਰਤ ਜਾਂ ਦੂਜੇ ਦੇਸ਼ਾਂ ਵਿੱਚ ਵੀ ਆਉਣੀ ਚਾਹੀਦੀ ਹੈ, ਇਸ ਦੇ ਬਾਰੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ। ਮੈਨੂੰ ਤਾਂ ਬਹੁਤ ਵਧੀਆ ਟੈਕਨੋਲੋਜੀ ਲੱਗੀ ਹੈ, ਕਿਉਂਕਿ ਉਹ ਲੋਕ ਜੋ ਕਦੇ ਕਮਾਈ ਦਾ ਬਾਰੇ ਸੋਚ ਵੀ ਨਹੀਂ ਸਕਦੇ, ਉਹ ਵੀ ਆਪਣੇ ਇੱਕ ਹਿਸਾਬ ਨਾਲ ਪੈਰਾਂ 'ਤੇ ਖੜ੍ਹੇ ਹੋ ਸਕਦੇ ਨੇ, ਉਹਨਾਂ ਵਾਸਤੇ ਵਧੀਆ ਕਮਾਈ ਦਾ ਜ਼ਰੀਆ ਬਣ ਸਕਦਾ। ਤੁਸੀਂ ਵੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿਵੇਂ ਦੀ ਲੱਗੀ ਇਹ ਵੀਡੀਓ, ਇਹ ਟੈਕਨੋਲੋਜੀ ਭਾਰਤ ਵਿੱਚ ਜਾਂ ਹੋਰ ਦੇਸ਼ਾਂ ਵਿੱਚ ਵੀ ਹੋਣੀ ਚਾਹੀਦੀ ਹੈ ਜਾਂ ਨਹੀਂ, ਇਸ ਦੇ ਬਾਰੇ ਜ਼ਰੂਰ ਕਮੈਂਟ ਕਰਨਾ। ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਵੀ ਜ਼ਰੂਰ ਕਰਨਾ, ਪੇਜ ਨੂੰ ਫੋਲੋ ਜ਼ਰੂਰ ਕਰ ਲਿਓ। ਮੈਂ ਦੇਖਦਾ ਕਿ ਲੋਕ ਪੇਜ ਬਹੁਤ ਫੋਲੋ ਘੱਟ ਕਰਦੇ ਨੇ, ਵੀਡੀਓ ਤਾਂ ਦੇਖ ਲੈਂਦੇ ਨੇ, ਜੇਕਰ ਵਧੀਆ ਲੱਗਦਾ ਤਾਂ ਜ਼ਰੂਰ ਪੇਜ ਨੂੰ ਫੋਲੋ ਵੀ ਕਰਿਆ ਕਰੋ, ਤਾਂ ਜੋ ਅਜਿਹੀਆਂ ਵੀਡੀਓ ਤੁਸੀਂ ਸਭ ਤੋਂ ਪਹਿਲਾਂ ਦੇਖ ਸਕੋ, ਜਿਵੇਂ ਅਸੀਂ ਵੀਡੀਓ ਪਾਈਏ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚ ਸਕੇ। ਹੁਣ ਮੈਨੂੰ ਜਾਣੀ ਮਨਜਿੰਦਰ ਸਿੰਘ ਔਲਖ ਨੂੰ ਦਿਓ ਇਜਾਜ਼ਤ, ਧੰਨਵਾਦ।